بس دعا برائے حدت خدا. بسم اللہ الرحمن الرحیم. اللہم کل نبلیک الحدت من الحسن صلواتک علیہ وعلا آبائی ریاض حساط وفی کل سات من سات لیل والنہار ولیم وعفظم وقید مناصرم ودلیلم وائن نہتا تسکنہو ورزاکاتوں وطمتے اہو فیہا طبیلہ. یا رب محمد مال محمد واجل فرجہم قیم آل محمد. کریم اللہ عظیم عبادت اپنی بارگاہ چون دور تقبل فرما. تمام ازداران مقدس اور تہر مقام تٹورایا بانیان دا صفے اللہ بچھایا مالک اپنی عظیم بارگاہ عبادت شمار فرما. میرے بانیم بھائی جون عباس تیسار محنت کریم اللہ اپنی عظیم بارگاہ عبادت شمار فرما. مالک اللہ انہوں نے گھرم ترام تنگو نزول عطا فرما. پریشانیوں تکلیفہ مصیبتن دور فرما. رزق حلال دوسی عطا فرما. مرحومین دے درجات بلند فرما. مالک اللہ تمام مومنین دے نیک مقصد پورے فرما. انجمان غلامان علی اکبر سرکار تی زندگی دراز فرما. مالک انہوں میشن اچ کامیابی و کامرانی عطا فرما. سادی پہلی اور آخری دعائے حجت خدا بقیت اللہ دجل ظہور فرما. تمام نوائنی قبولیت واسطے صلوات سارے با آواز بلند پڑھو. نصیب ہوئے خدا چماوے شہید کرب و بلاد روزہ مگر عقیدت نال چمدے حسین غازی براد روزہ. جگر محبان ٹھار دیندے نجف علی مرتضاد روزہ. جے جیند جنت کو ویکھنا ہی تو ویکھ مولا رضا دروزا. نہ بولن کہیں دا نہ چپ چپ کریں دے نہ سردی نہ گرمی نہ دھپ چپ کریں دے. علی اپنے خالق دا ایسا ہے آلہ جو بندیاں دے رب دے گروپ چپ کریں دے. سلامت رو وسد رو. بہت عظیم عبادت ذکر امام حسین بادشاہ. بس مختصر جی آج بھی جتنا وقت کائنات بادشاہ دا ملا ہے اتنی دیر پڑھنا ہے. صلوات سارے بابا زبلان پڑھو تو میں نوکری مظلوم شروع کر دے ماں. اعوذ باللہ من الشیطان اللعین الرجیم. بسم اللہ الرحمن الرحیم. صلوات الحمدللہ رب العالمین صلاة والسلام علی من کان نبی و آدم بین مایوتین صلوات صاحب تاج و المعراج سیدنا و شفیعنا ابوالقاسم محمد محمد المصطفی اشرف الانبیاء والمرسلین صلوات. ہون یادیں تیری قید رہائے میدان بخت اقبال لٹا کے تیرے شہر دے وچ رہاں رت روندا میں میت ہمشیر دا چاک سیدہ دردہ سکی میں بھلسی ہے وہ بھین میں کون ٹوری چولا کفن بڑھا کے تیج شہر دے وسدے حسدے ہنوہ جتا بھین والا وسد رو آباد رو الال مدیا سجاد کرسی تبا میرے امام دی رات ودیئے ظالم دے پاس میرے امام ڈٹھے رنے سید و ساجدین امام تیرو روک کڑا دے کچھ شرام کرو این جس جگہ تے میں کو کرسیاں دے
ਲਿਓ ਕਈਆਂ ਜਿੱਥਾਂ ਕਾਈ ਘੰਟੇ ਪਾਬੰਦ ਥੀ ਕੇ ਮੇਰੀਆਂ ਫੁੱਫੀਆਂ ਖੜੀਆਂ ਰਹੀਆਂ ਸਯਾਦਾ ਦੇ ਹੱਥ ਬਣ ਕੇ ਮੈਂ ਕੋ ਆਏ ਵੋ ਭੈਣਾ ਦੀ ਆਈ ਤੇ ਸਜਾਦ ਮੰਗੋ ਥੱਕ ਪਈਆਂ ਮੈਂ ਕੋ ਘੋੜਿਆਂ ਨਾਲ ਵੋ ਭਜੇ ਦੇ ਰਹੇ ਮੇਰੀਆਂ ਤਲੀਆਂ ਜ਼ਖਮੀ ਥਈਆਂ ਬਾਦਰੋ ਇਤਨਾ ਹੀ ਹੋਰ ਪੜ੍ਹਨੇ ਰਜ਼ਾਲੇ ਮਦਰ ਸੱਜਾਦ ਤੇਰੀ ਕਿ ਦਰਿਆਏ ਵਤਨ ਤਵਲਵਨ ਸਈਦ ਅਦਾ ਕਿਹੜਾ ਵਤਨ ਕਹਿੰਦਾ ਵਤਨ ਕਿਹਾ ਵਤਨ ਰਜ਼ਾਲੇ ਮਦਰ ਵਤਨ ਮਦੀਨਾ ਸਈਦ ਦੀ ਆਵਾਜ਼ ਨੀ ਨਾਨੇ ਮੁਹੰਮਦ ਦੇ ਅਦਨ ਨਜਫ ਤੁਰਵਾਈ ਸਈਦ ਅਦੇ ਬਾਬੇ ਅਲੀ ਦੀਏ ਰਜ਼ਾਲੇ ਮਦੇ ਕਰਬਲਾ ਤੁਰਵਨ ਸਯਦਾ ਦੇਵੋ ਮੇਰੇ ਵੀਰ ਅਲੀ ਅਕਬਰ ਦੀ ਜਗੀਰੇ ਇਜ਼ਾਲੇ ਮਾਦੇ ਸੱਜਾਦ ਤੇਰਾ ਕਿਹੜਾ ਵਤਨ ਹੈ ਸਯਦਾ ਦਾ ਮੇਰਾ ਉਹ ਵਤਨ ਹੈ ਜਿੱਥ ਰਸ਼ ਜ਼ਿਆਦਾ ਹੋਵੇ ਜ਼ਾਲਿਮ ਮੁਸਲਮਾਨ ਮੈਂ ਕੋ ਪੱਥਰ ਮਾਰੇ ਮੈਂ ਫੁੱਫੀਆਂ ਤੇ ਮਾਵਾਂ ਕੋ ਬਾਜ਼ਾਰ ਸ਼ਾਮ ਚ ਗਿਣ ਕੇ ਟੁਰਾ ਜਦੋਂ ਹੀ ਕਮੀ ਨੇ ਆਖੇ ਨਾ ਤੇਰੀਆਂ ਕੈਦਾ ਰਿਹਾ ਕਰੇ ਨਾ ਵਤਨ ਵੱਲ ਵਾਈ ਸਯਦਾ ਦੇ ਜ਼ਾਲਿਮਾ ਇਵੇਂ ਵਤਨ ਤੇ ਨਾ ਵਹਿੰਦਾ ਫੁੱਫੀ ਕੋਲ ਪੁੱਛਦਾ ਅਗਰ ਮੇਰੀ ਬਾਬੇ ਦੇ ਆਦੀ ਬਾਈ ਵਾਲ ਭੈਣ ਵਤਨ ਤੇ ਗਈ ਵੈਸਾ ਵਰਨਾ ਕੋਈ ਨਾ ਵਾਪਸ ਵੱਲੇ ਮੇਰੇ ਇਮਾਮ ਸਯਦਾ ਦੇ ਫੁੱਫੀ ਅੰਮਾ ਜ਼ਾਲਿਮ ਮੁਸਲਮਾਨ ਆ ਦਿਨ ਜੋ ਤੁਹਾਡੀਆਂ ਕੈਦਾ ਰਿਹਾ ਹੈ ਵਤਨ ਵੱਲ ਵੰਜੋ ਬੀਬੀ ਦੀ ਆਵਾਜ਼ ਨੀ ਸੱਜਾਦ ਮੈਦਾ ਤਈ ਸ਼ਾਮ ਦੇ ਜ਼ਿੰਦਾਨ ਨਾਲ ਮਿਜ਼ਾਜ ਹੀ ਹੁਣ ਆਣ ਕੇ ਮਿਲੇ ਅਗਰ ਮੇਰੀਆਂ ਕੈਦਾ ਰਿਹਾ ਕਰਿੰਦੇ ਤਾਂ ਸਫਾਤੇ ਸਾਡੇ ਚੰਦ ਮੁਤਾਲਬੇ ਨੂੰ ਮੰਨੇ ਵਤਨ ਵੈਸਾ ਵਰਨਾ ਕੋਈ ਨਾ ਜਿੱਦਾਂ ਖਸਨਾ ਸਾਡੇ ਚੰਦ ਮੁਤਾਲਬੇ ਮੰਨੇ ਵਤਨ ਵੈਸਾ ਵਰਨਾ ਕੋਈ ਨਾ ਸਯਦ ਦੇ ਫੁੱਫੀ ਅੰਮਾ ਮੁਤਾਲਬੇ ਦੱਸਾ ਬੀਬੀ ਆਦੀ ਜ਼ਾਲਿਮ ਕੁਆਕ ਲੁੱਟ ਕਰ ਬਲਾ ਦ ਮਾਲ ਦੇਵੇ ਸਰ ਸ਼ੌਦਾ ਦੇਵੇ ਤ੍ਰੈ ਮਾਹਮਲ ਮਿਲਣ ਬਸ਼ੀਰ ਪੁੱਤਰ ਜਜ਼ਲਮ ਦ ਮਹਾਰੀ ਮਿਲੇ ਤਾਂ ਵਤਨ ਵੈਸਾ ਵਰਨਾ ਕੋਈ ਨਾ ਮੇਰੇ ਇਮਾਮ ਹੀ ਜ਼ਾਲਿਮ ਦੇ ਦਰਬਾਰ ਚ ਆਏ ਸਾਰੇ ਮੁਤਾਲਬੇ ਦਸਾਇਸ ਇਹ ਕਮੀਨਾ ਦੇ ਸਾਰੇ ਮਨਜ਼ੂਰ ਹਨ ਮੈਂ ਸੁਣਿਆ ਮੇਹਣ ਤੇ ਬਿਰਾ ਦੀ ਬਹੁ ਵੱਡੀ ਮੁਹੱਬਤ ਹੈ ਤੇਰੇ ਬਾਬੇ ਦਾ ਸਰ ਸੰਦੂਕ ਵਿੱਚ ਬੰਦ ਕਰੇ ਸਾਂ ਸੰਦੂਕ ਕੋ ਤਾਲਾ ਸੰਦੂਕ ਮਕਾਨ ਵਿੱਚ ਰੱਖਸਾਂ ਮੇਹਣ ਸੱਡੇ ਬਿਰਾ ਵੰਨੇ ਸਰ ਦੇਸਾਂ ਵਰਨਾ ਕੋਈ ਨਾ ਸਯਦਾ ਦੇ ਜ਼ਾਲਿਮਾ ਮੈਂ ਕੋ ਫੁੱਫੇ ਕੋਲ ਪੁੱਛਣ ਦੇ ਮੇਰੇ ਇਮਾਮ ਜ਼ਿੰਦਾਨ ਵਿੱਚ ਹੈ ਸਯਦਾ ਦੇ ਅੰਮਾ ਸਾਰੀਆਂ ਸ਼ਰਤਾਂ ਮੁਤਾਲਬੇ ਮਨਜ਼ੂਰ ਕਰੇਂਦੇ ਮਗਰ ਬਾਬੇ ਦੇ ਸਰ ਦਾ ਮੌਜਜ਼ਾ ਤਲਬ ਕਰੇਂਦੇ ਬੀਬੀ ਦੀ ਆਵਾਜ਼ ਨੀ ਸੱਜਾਦ ਵੰਜ ਜ਼ਾਲਿਮ ਕੋ ਆਪ ਜਿਵੇਂ ਦਿਲ ਲਾ ਕਿਸ ਮੇਰਾ ਬਿਰਾ ਦਾ ਸਰ ਬੰਦ ਕਰੇ ਮੈਂ ਬਿਰਾ ਦੇ ਸੰਗ ਨਸਲ ਮੁਕਾਈਏ ਬਾਦਾਰ ਦਰਬਾਰ ਡਿਠਿਨ ਮੈਂ ਬਿਰਾ ਕੋ ਸਦੈਨੀ ਆ ਸ਼ਰੀਫਤ ਦਾਰੋ ਮਜ਼ਲੂਮ ਮੈਂ ਕਰਬਲਾ ਦਾ ਸਰ ਬੰਦ ਹੋਏ ਸੈਯਦ ਸਾਜਦੀਨ ਇਮਾਮ ਆਣ ਕੇ ਦਸਾਏ ਅੰਮਾ ਹੁਣ ਬਿਰਾ ਕੋ ਸਦ ਮਾਰ ਅਲੀ ਦੀ ਧੀ ਦੀ ਆਵਾਜ਼ ਆਉਂਦੀ ਹੈ ਕਲਸਮ ਭੈਣ ਮੇਰੇ ਕਰੀਬਾ ਮੇਰੇ ਸਰ ਦੇ ਵਾਲ ਖੋਲ ਮਫਿਜ਼ਾ ਮੇਰੇ ਸਰ ਚ ਖਾਕ ਰਵਾ ਜਦਾਂ ਖਾਕ ਰਲੀਏ ਸ਼ਾਮ ਦੀ ਨਗਰੀ ਹਲੀਏ ਇਹ ਕਮੀਨਾ ਦੇ ਸੱਜਾਦ ਕਿਆਮਤ ਨਹੀਂ ਆ ਗਈ ਸਯਦਾ ਦੇ ਜ਼ਾਲਿਮਾ ਕਿਆਮਤ ਨਹੀਂ ਆਈ ਮੇਰੀ ਫੁੱਫੀ ਬਿਰਾ ਕੋ ਪਈ ਸਦੈਂਦੀ ਏ ਇਵੇਂ ਅਲੀ ਦੀ ਧੀ ਦੁਆ ਸਰ ਚ ਰੱਖੇ ਨਾ ਅਕਲ ਮਾਰ ਕੇ ਆ ਦੀ ਹੁਸੈਨ ਵੀਰ ਰਲੇ ਆਏ ਆਸੇ ਭੈਣ ਕੱਲੀ ਸ਼ਾਮ ਵੱਲੀ ਵਹਿੰਦੀ ਆਈ ਲੱਖ ਦਫਾ ਖਾ ਨੌਕਰਾਂ ਬਿਸਮਿਲਾ ਕਰਾਂ ਬੀਬੀ ਦੀ ਆਵਾਜ਼ ਹੁੰਦੀ ਹੈ ਹੁਸੈਨ ਵੀਰ ਰਲੇ ਆਇਆ ਸੇ ਵੇਲ ਕੱਲੀ ਵਤਨ ਵੱਲੀ ਵਹਿੰਦੀ ਆਈ ਸੰਦੂਕ ਦੇ ਤਾਲੇ ਟੁੱਟ ਗਏ ਮਕਾਮ ਦੇ ਤਾਲੇ ਟੁੱਟ ਗਏ ਗਰੀਬ ਕਰਬਲਾ ਦਾ ਸਰ ਪਰਵਾਨ ਕਰੇ ਨੋਇਆ ਪਹਿਲੇ ਪਹਿਲੇ ਦਰਬਾਰ ਚ ਆਇਆ ਮੇਰੇ ਦੋਵੇਂ ਇਮਾਮ ਮਿੱਟੀ ਤੋਂ ਉੱਠੇ ਨਾ ਸਯਦ ਸਾਜਦੀਨ ਦੀ ਆਵਾਜ਼ ਨੀ ਬਾਬਾ ਕੈਦੀ ਬਚਲਾਂ ਦਾ ਸਲਾਮ ਹੋਵੀ ਸਾਡਾ ਦਰਬਾਰਾਂ ਦਾ ਵਾਰਸ ਬਾਬਾ ਮੇਰੇ ਇਮਾਮ ਦਾ ਸਰ ਝਿਕੋਏ ਬਾ
باقر دے کنال مولا ایسا سیدہ دے باقر لال چھوٹی عمرت قید ہو جائے گبرات میں گیا سیدہ دے ڈاڈا کئی بئی شام ہوئے واتوی تے دا باقر آدھے میرے امام دا سر پرواز آندا کرن دے میرے امام دے دوئے بچڑے نال نال ٹر دے آندے نا جدہ زندان سر آئے پہلے پہلے میری سین رکیہ جھولی ودھائیے آدھیے آلہ میں تیرے نوکر عباس دی بھیڑا غریب دا سر نہیں آیا وقت میری بے اولاد سین جھولی ودھائیے آدھیے آلہ میں تیری بے اولاد بھیڑا غریب دا سر نہیں آیا وقت حصے دی بھین جھولی ودھائیے آلیہ سین دی آواز آنی حسین ویرا آ بھین دی جھولی آلے رہی میں کوئی کربلا دی جنگ دے حال دے میں تے کوئی شام دے بازاراں دے حال سناوا غریب دا سر بھین دی جھولی اچائے کئی ویلے حسین سجے ویدائے کئی ویلے کھبے بی بی آدھی مدت باد آئے میں جو دیکھ سیدہ دے آلیہ بھین اوکن گئی ہے میں جی الفت ویچو جائیں وکری کا ہے جدی بھائی میں دیکھ ریا وہ زندان دے ویچو نئی نظار سکینہ آئی بی بی دی آواز آنیوں کو کھا زندہ نندی گرمی گئی بولی تڑے پہ کے زہرا جائی دمیں پیوتے پتار وہ اسیر آہن وہ ہکے چولے بچا سلام انترو